30 ਲੱਖ ਰੁਪਏ ਦੀ ਰੰਗਦਾਰੀ ਨਾ ਦੇਣ ਦੇ ਉੱਤੇ ਇੱਕ ਸੁਨਿਆਰੇ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਦੱਸ ਦਈਏ ਕਿ ਫਾਇਰਿੰਗ ਤੋਂ ਬਾਅਦ ਬਦਮਾਸ਼ਾਂ ਨੇ ਮੁੜ ਤੋਂ ਉਸ ਸੁਨਿਆਰੇ ਨੂੰ ਫੋਨ ਕੀਤਾ ਤੇ ਕਿਹਾ ਕਿ ਜਲਦ ਤੋਂ ਜਲਦ ਉਹ ਉਹਨਾਂ ਨੂੰ ਪੈਸੇ ਦੇ ਦੇਵੇ, ਨਹੀਂ ਤਾਂ ਉਹ ਆਪਣੀ ਜਾਨ ਅਤੇ ਬੱਚਿਆਂ ਦੀ ਜਾਨ ਦੀ ਹਿਫਾਜ਼ਤ ਖੁਦ ਕਰ ਲਵੇ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸੁਨਿਆਰੇ ਦੇ ਕੋਲੋਂ 30 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ਨਾ ਦੇਣ ਦੀ ਸੂਰਤ ਦੇ ਵਿੱਚ ਰਾਤ ਨੂੰ ਉਸਦੇ ਘਰ ਦੇ ਉੱਤੇ ਤਾਵੜ ਤੋੜ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਕਾਰਨ ਪੂਰਾ ਪਰਿਵਾਰ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ। ਤਾਂ ਦੋ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਕੋਲ ਰਿਕਾਰਡਿੰਗ ਕਰਕੇ ਮੈਸੇਜ ਵੀ ਭੇਜੇ ਗਏ ਨੇ ਕਿ ਇਹ ਤਾਂ ਹਾਲੇ ਟ੍ਰੇਲਰ ਹੈ, ਫਿਲਮ ਤਾਂ ਹਾਲੇ ਤੈਨੂੰ ਬਾਅਦ ਦੇ ਵਿੱਚ ਦਿਖਾਵਾਂਗੇ। ਤਾਂ ਇਹ ਕਹਿਣਾ ਹੈ ਉਹਨਾਂ ਬਦਮਾਸ਼ਾਂ ਦਾ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ। ਉੱਥੇ ਹੀ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, 30 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ, ਜਦਕਿ ਉਹ ਖੁਦ ਕਰਜ਼ਾ ਚੁੱਕ ਕੇ ਆਪਣਾ ਕੰਮ ਕਰ ਰਿਹਾ, ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ। ਪਰ ਬਾਵਜੂਦ ਇਸ ਦੇ ਲਗਾਤਾਰ ਉਸਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਉਸਨੂੰ 30 ਲੱਖ ਰੁਪਈਆ ਦੇ ਦਿੱਤਾ ਜਾਵੇ, ਨਹੀਂ ਤਾਂ ਉਹ ਆਪਣੀ ਅਤੇ ਬੱਚਿਆਂ ਦੀ ਜਾਨ ਦੀ ਹਿਫਾਜ਼ਤ ਖੁਦ ਕਰ ਲਵੇ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਤਰਨ ਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਰੰਗਦਾਰੀ ਮੰਗੀ ਗਈ ਹੈ 30 ਲੱਖ ਰੁਪਏ ਦੀ ਇੱਕ ਸੁਨਿਆਰੇ ਦੇ ਕੋਲੋਂ। ਨਾ ਦੇਣ ਦੀ ਸੂਰਤ ਦੇ ਵਿੱਚ ਉਸਦੇ ਘਰ ਦੇ ਉੱਤੇ ਤਾਬੜ ਤੋੜ ਅੰਨੇਵਾਹ ਦੋ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਫਿਲਹਾਲ ਪੁਲਿਸ ਆਲੇ ਦੁਆਲੇ ਲੱਗੀ CCTV ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਪਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਬਦਮਾਸ਼ ਕਿਹੜੇ ਨੇ। ਉੱਥੇ ਹੀ ਫੋਨ ਨੰਬਰ ਨੂੰ ਵੀ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕੌਣ ਬੋਲਦੇ ਤੁਸੀਂ? ਕੌਣ ਬੋਲਦੇ ਤੁਸੀਂ? ਹਾਂਜੀ, ਹੈਲੋ, ਕੌਣ ਬੋਲਦੇ ਤੁਸੀਂ? ਹੈਲੋ, ਹਾਂ, ਕੌਣ ਹੈ? ਹਾਂ ਦੱਸ। ਮੈਂ ਅਨਨੋਨ ਨੰਬਰ ਨਹੀਂ ਚੁੱਕ ਦਿੰਦਾ। ਹਾਂ ਦੱਸ। ਹਾਂ ਦੱਸੋ ਕੀ ਗੱਲ ਕੀ ਆ। ਹਾਂਜੀ ਹਾਂਜੀ ਦੱਸੋ ਭਰਾਵਾ, ਸਾਡੇ ਉਹ ਕਿੱਥੇ ਹੈਗੇ? ਅਸੀਂ ਤਾਂ ਗੁਜ਼ਾਰਾ ਕਰਨ ਦੇ ਹਾਂ, ਤੈਨੂੰ 30 ਲੱਖ ਇੱਥੋਂ ਦੇ ਦਈਏ। ਉਹ ਭਰਾਵਾ ਅਸੀਂ ਤਾਂ ਆਪ ਦਿਨ ਕੱਟਣ ਦੇ ਹਾਂ। ਮੈਂ
ਹਾਂ ਦੱਸ ਹੁਣ ਕੀ ਗੱਲ ਹੈ। ਉਹ ਭਰਾਵਾ ਮੇਰੇ ਕੋਲ ਕੁਛ ਨਹੀਂ ਹੈਗਾ, ਮੈਂ ਤਾਂ ਆਪ ਗੁਜ਼ਾਰਾ ਕਰਨ ਦਿਆਂ, ਤੁਹਾਡੇ ਕੋਲ ਕੀ ਹੈਗਾ? ਐਂ ਤਾਂ ਭਰਾਵਾ ਐਂ ਤਾਂ ਭਰਾਵਾ ਦਿਨ ਕੱਟਣ ਦਿਆਂ ਦੇਣ। ਭਰਾਵਾ ਅਸੀਂ ਤਾਂ ਕਰਜ਼ੇ ਲੈ ਲੈ ਕੰਮ ਕੀਤੇ, ਅਰੇ ਕਰਜ਼ਾ ਹੀ ਲਾ ਲਾ, ਅਸੀਂ ਇੱਦਾਂ ਦੇ ਹੋ ਗਏ ਹਾਂ ਅਤੇ ਅਸੀਂ ਕਿੱਥੋਂ ਤੈਨੂੰ ਦੇ ਦਈਏ ਭਰਾਵਾ? ਹੈਂ ਭਰਾਵਾ ਮੇਰੇ ਤੋਂ ਨਹੀਂ ਪੁੱਛੇਗਾ ਤੇਰੀ ਗੱਲ ਸੁਣ ਕੇ, ਮੇਰੇ ਤੋਂ ਤਾਂ ਕੁਛ ਨਹੀਂ ਹੋਗਾ। ਰਹੀ ਹੋ ਜਾਗਾ ਤੈਨੂੰ ਮੈਂ ਟ੍ਰੇਲਰ ਦਿੱਤਾ, ਤੈਨੂੰ ਮੈਂ ਡਾਟਾ ਫਿਰ ਨਹੀਂ ਹੈਗੇ।